ਤੁਹਾਨੂੰ 5 ਵੋਟਾਂ ਹੀ ਪਈਆਂ ਨੇ। ਸਰ ਮੇਰੇ ਘਰ ਦੇ 9 ਵੋਟ ਹੈਗੀਆਂ ਵਾ ਤੇ ਮੈਨੂੰ 5 ਪਈਆਂ ਸਰ। ਮਤਲਬ ਪਰਿਵਾਰ ਵਾਲੇ ਨੇ ਵੋਟ ਨਹੀਂ ਪਾਈ? ਨਹੀਂ ਸਰ, ਮਿਹਨਤ ਕੀਤੀ, ਲੱਗਦਾ ਬੇਈਮਾਨੀ ਕੀਤੀ ਗਈ ਵੋਟਾਂ ਦੇ ਵਿੱਚ। ਤੁਹਾਨੂੰ ਕੀ ਲੱਗ ਰਿਹਾ ਸੀਗਾ, ਪ੍ਰਚਾਰ ਪ੍ਰਸਾਰ ਤੁਸੀਂ ਬਹੁਤ ਕਰਿਆ ਸੀਗਾ, ਕੀ ਲੱਗ ਰਿਹਾ ਤੁਹਾਨੂੰ ਵੀ ਹੇਰਾਫੇਰੀ ਹੋਈ ਹੈ ਜਾਂ ਫਿਰ ਕਰਦੀਆਂ 9 ਵੋਟਾਂ ਉਹਨਾਂ 'ਚ ਵੀ 5 ਹੀ ਵੋਟਾਂ ਪਈਆਂ ਫਿਰ? ਨਹੀਂ ਸਰ, ਇੱਦਾਂ ਨਹੀਂ, ਜਿਨ੍ਹਾਂ ਨੇ ਬੇਈਮਾਨੀ ਕੀਤੀ ਮਸ਼ੀਨਾਂ ਵਿੱਚ ਬੇਈਮਾਨੀ ਹੋਈ ਹੋਈ ਕਿਸੇ ਹੈਗੇ ਨੇ। ਇੰਨੀਆਂ ਵੋਟਾਂ ਮੇਰੇ ਮਹੱਲਿਆਂ ਨੇ ਕਸਮ ਖਾ ਕੇ, ਚਿੰਤਪੁਰਨੀ ਮਾਤਾ ਦੀ ਕਸਮ ਖਾ ਕੇ ਵੋਟਾਂ ਪਾਈਆਂ ਉਹਨਾਂ ਨੇ ਲੋਕਾਂ ਨੇ। ਕੀ ਲੱਗ ਰਿਹਾ ਤੁਹਾਨੂੰ, ਕੀ ਕਹਿਣਾ ਚਾਹੁੰਦੇ? ਸਹੀ, ਅੱਗੇ ਤੋਂ ਨਹੀਂ ਇਲੈਕਸ਼ਨ ਲੜਨੇ ਸਰ, ਮੈਂ ਜੇ ਇੱਦਾਂ ਲੜਨੇ ਤਾਂ ਫਾਇਦਾ ਕੀ ਆ, ਬੜੀ ਮਜਬੂਰੀ ਨਾਲ ਇਲੈਕਸ਼ਨ ਲੜੇ ਆ। ਜਲਦੀ ਹੌਸਲਾ ਛੱਡੀ ਜਾਂਦੇ ਸਰ, ਕੀ ਕਰੀਏ, ਵੋਟਾਂ ਹੀ 5 ਪਈਆਂ ਸਰ ਸਾਨੂੰ। ਕਰਦੀਆਂ 9 ਵੋਟਾਂ ਤੁਸੀਂ ਕਹਿ ਰਹੇ ਹੋ, ਫਿਰ ਤੁਹਾਨੂੰ ਇਤਬਾਰ ਹੀ ਨਹੀਂ, ਕਰਦਿਆਂ ਨੇ ਸਪੋਰਟ ਨਹੀਂ ਕਰਿਆ, ਫਿਰ ਬਾਹਰਲੇ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ? ਕੁਛ ਨਹੀਂ ਕਰਦਾ, ਵੋਟਾਂ ਵਾਲੇ ਜਿਹੜੇ ਆਪਣੇ ਵੋਟਾਂ ਪਾਉਣ ਜਾਂਦੇ ਆ ਉਹ ਵੀ ਚੋਰ ਵੀ ਆ ਮੇਰੇ ਹਿਸਾਬ ਨਾਲ। ਜਦੋਂ ਨਿਸ਼ਾਨ ਲਾਉਂਦੇ ਆ, ਕਿਉਂ ਨਿਸ਼ਾਨ ਲਾਉਂਦੇ ਆ? ਨਿਸ਼ਾਨ ਤਾਂ ਲਾਉਂਦੇ ਕਿ ਦੁਬਾਰਾ ਬੰਦਾ ਵੋਟ ਨਾ ਪਾ ਸਕੇ। ਆਹ ਸਾਡਾ ਚੋਰੀ ਹੋ ਗਿਆ ਸੀ, ਚੋਰ ਹੀ ਆ ਇੱਕ ਹਿਸਾਬ ਦੇ ਇਹਨਾਂ ਨੇ ਸਰ, ਸਾਰਾ ਕੁਛ ਮਤਲਬ ਨਹੀਂ ਕੀ ਕੀਤਾ ਸਰ। ਅੱਗੇ ਤੋਂ ਨਹੀਂ ਇਲੈਕਸ਼ਨ ਲੜਨੇ ਕਦੀ ਸਰ, ਮੈਂ ਬੜੀ ਮਜ਼ਬੂਰੀ ਨਾਲ ਇਲੈਕਸ਼ਨ ਲੜੇ ਸੀਗੇ, ਲੇਕਿਨ ਉਹ ਹੱਲ ਨਹੀਂ ਹੋਇਆ ਸਰ, ਕੁਛ ਨਹੀਂ ਹੱਲ ਹੋਇਆ।